सीएम और आम आदमी पार्टी का सीएम चेहरा औपचारिक रूप से सरदार भगवंत मान को डिक्लेयर करते हुए ਚਿਹਰਾ ਰੀਅਨਾਊਂਸ ਹੋਇਆ, ਇਹ ਕਮਿੰਗ ਸੀਐਮ ਅਨਾਊਂਸ ਹੋਇਆ, ਕਿਉਂਕਿ ਹੁਣ ਇਹ ਸਾਰੇ ਜਾਣਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ, ਘੱਟੋ ਘੱਟ 80 ਤੋਂ 85 ਸੀਟਾਂ ਦੇ ਆਉਣਗੀਆਂ ਆਮ ਆਦਮੀ ਪਾਰਟੀ ਦੀਆਂ, ਤੇ ਇਹ ਚਿਹਰਾ ਨਹੀਂ ਅਨਾਊਂਸ ਹੋਇਆ, ਇਹ ਸੀਐਮ ਅਨਾਊਂਸ ਹੋਇਆ। ਅੱਜ ਸਾਡੇ ਲਈ ਬੜਾ ਖੁਸ਼ੀਆਂ ਦਾ ਗੱਲ ਹੈ ਜੀ, ਕਿਉਂਕਿ ਸਾਡੇ ਦਿੜਵੇ ਹਲਕੇ ਦੇ ਪਿੰਡ ਸਤੌਜ, ਸਾਡੇ ਮਾਨਾਂ ਦਾ ਮਾਨ, ਸਾਡਾ ਆਪਣਾ ਵੱਡਾ ਭਰਾ, ਸਾਡੇ ਸਾਰੇ ਪੰਜਾਬ ਦੇ ਨੌਜਵਾਨਾਂ ਦੀ ਨਹੀਂ ਬਲਕਿ ਪੂਰੀ ਦੁਨੀਆ ਦੇ ਦਿਲਾਂ ਦੀ ਧੜਕਣ ਹੈ। ਅੱਜ ਮਾਨ ਸਾਹਿਬ ਜਿਹੜਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਸੀਐਮ ਅਨਾਊਂਸ ਕੀਤੇ ਜਾਣੇ ਨੇ, ਇਹਦੀ ਜਿਹੜੀ ਖੁਸ਼ੀ ਹੈ ਅਸੀਂ ਉਹ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ। ਪੂਰੇ ਪੰਜਾਬ ਦੇ ਵਿੱਚ ਜਿਹੜਾ ਵਲੰਟੀਅਰ ਹੈ ਪੂਰੇ ਜੋਸ਼ ਦੇ ਵਿੱਚ ਹੈ, ਉਹਨਾਂ ਨੂੰ ਬੜਾ ਖੁਸ਼ੀ ਇਸ ਗੱਲ ਦੀ ਕਿ ਸਾਡਾ ਪੰਜਾਬ ਦਾ ਇੱਕ ਆਮ ਘਰਾਂ ਦਾ ਜਿਹੜਾ ਨੌਜਵਾਨ ਹੈ, ਅੱਜ ਉਸ ਨੂੰ ਆਮ ਆਦਮੀ ਪਾਰਟੀ ਬਾਕੀ ਆਪਣੇ ਨਾਮ ਦੇ ਮੁਤਾਬਕ ਸੀਐਮ ਅਨਾਊਂਸ ਕਰਨ ਜਾ ਰਹੀ ਹੈ।